ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਤੇ ਠੀਕ ਠਾਕ ਹੋਮੋਂਗੇ ਅਤੇ ਤੁਹਾਡੇ ਆਪਣੇ ਪੇਪਰ ਦੀ ਤਿਆਰੀ ਜੋ ਹੈ ਉਹ ਵੀ ਵਧੀਆ ਜਾ ਰਹੀ ਹੋਵੇਗੀ ਚਾਹੇ ਪੀਐਸਟ ਦਾ ਪੇਪਰ ਹੋਵੇ ਚਾਹੇ ਸੀਟੈਟ ਦਾ ਸੋ ਪੀਐਸਟ ਦੀ ਆਪਣੀ ਡੇਟ ਆ ਚੁੱਕੀ ਹੈ ਜੀ 1 ਦਸੰਬਰ ਨੂੰ ਪੇਪਰ ਹੋਣ ਜਾ ਰਿਹਾ ਤਾਂ ਬਹੁਤ ਜ਼ਿਆਦਾ ਥੋੜਾ ਸਮਾਂ ਜਿਹੜਾ ਹੈਗਾ ਉਹ ਮੇ ਵੀ ਤੁਹਾਡੇ ਕੋਲ ਬਚਿਆ ਹੋਇਆਗਾ ਕਿਉਂਕਿ ਸਿਰਫ ਡੇਢ ਮਹੀਨਾ ਹੈਗਾ ਉਸ ਤੋਂ ਵੀ ਸਮਾਂ ਘਟ ਗਿਆ ਸੋ ਆਪਣੀ ਤਿਆਰੀ ਨੂੰ ਪ੍ਰੋਪਰ ਵੇ ਨਾਲ ਪੇਸ ਅਪ ਕਰ ਦਿਓ ਸੋ ਇਸੇ ਲੜੀ ਦੇ ਤਹਿਤ ਅੱਜ ਆਪਾਂ ਕਰਾਂਗੇ ਆਪਣਾ ईवीएस ਵਾਲਾ ਪਾਰਟ ਸੋ ईवीएस ਦੇ ਅਸੀਂ ਇਸ ਤੋਂ ਪਹਿਲਾਂ ਜੀ 12 ਪਾਰਟ ਜਿਹੜੇ ਹੈਗੇ ਨੇ ਉਹ ਕਵਰ ਕਰ ਚੁੱਕੇ ਆ ਤੇ ਇਹ ਅੱਜ ਦਾ ਸਾਡਾ 13 ਪਾਰਟ ਹੈ ਅਗਰ ਤੁਸੀਂ ਪਹਿਲਾਂ ਵਾਲੇ 12 ਪਾਰਟ ਨਹੀਂ ਦੇਖੇ ਤਾਂ ਉੱਪਰ ਆਈ ਬਟਨ ਤੇ ਪਲੇਲਿਸਟ ਦਾ ਜਾਂ ਕਿਹੜਾ ਵੀਡੀਓਸ ਦਾ ਲਿੰਕ ਆ ਰਿਹਾ ਹੋਏਗਾ ਉਹ ਪਾਰਟ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਇਸ ਤੋਂ ਇਲਾਵਾ ਇਸ ਚੈਨਲ ਦੇ ਉੱਪਰ ਸੀਡੀਪੀ ਕੰਪਲੀਟ ਕੋਰਸ ਹੋ ਚੁੱਕਾ ਹੈ 38 ਵੀਡੀਓਸ ਦੇ ਵਿੱਚ ਅਤੇ ਕੁਝ ਕੁ ਅਸੀਂ MCQ ਵੀ ਕੀਤੇ ਨੇ ਹਾਲਾਂਕਿ ਪੇਪਰ ਦੇ ਨੀਅਰ ਅਸੀਂ ਹੋਰ ਵੀ ਜ਼ਿਆਦਾ MCQ ਕਰਾਂਗੇ ਸੋ ਜੋ ਥਿਉਰੀ ਵਾਲਾ ਪੋਰਸ਼ਨ ਹੈ ਉਹ ਆਪਣਾ ਕੰਪਲੀਟ ਹੈ ਵਿਦ MCQ ਸੋ ਉਹਦਾ ਵੀ ਮੈਂ ਲਿੰਕ ਉੱਪਰ ਦੇ ਦੇਾਂਗੇ ਇਸ ਤੋਂ ਇਲਾਵਾ ਪੇਪਰ 1 ਦੇ ਲਈ ਮੈਥਮੈਟਿਕਸ ਆਪਣਾ ਕੰਟੀਨਿਊ ਹੈ ਜੀ ਅਤੇ EVS ਵੀ ਕੰਟੀਨਿਊ ਹੈ ਹਾਲਾਂਕਿ ਜੋ EVS ਹੈ ਉਹਦੇ ਵਿੱਚ ਜੋ ਸਾਇੰਸ ਦੇ ਟੌਪਿਕ ਨੇ ਉਹ ਪੇਪਰ 2 ਲਈ ਵੀ ਵੈਲਿਡ ਨੇ ਸਿਮਿਲਰਲੀ ਕੁਝ ਟੌਪਿਕ ਨੇ ਮੈਥਮੈਟਿਕਸ ਦੇ ਜਿਸ ਤਰ੍ਹਾਂ ਅਲਜਬਰਾ ਹੋ ਗਿਆ ਠੀਕ ਹੈ ਜੀ ਰੇਸ਼ੋ ਐਂਡ ਪ੍ਰੋਪੋਰਸ਼ਨ ਹੋ ਗਿਆ ਜੋ ਆਪਾਂ ਕੀਤਾ ਹੋਇਆ ਅਨੁਪਾਤ ਤੇ ਸਮਾਨ ਸਮਾਨ ਅਨੁਪਾਤ ਸੋ ਇਹ ਸਾਰੀਆਂ ਚੀਜ਼ਾਂ ਪੇਪਰ 2 ਲਈ ਵੀ ਵੈਲਿਡ ਨੇ ਪੇਪਰ 1 ਦੇ ਨਾਲ ਨਾਲ ਮਤਲਬ ਦੋਨਾਂ ਦਾ ਸਿਲੇਬਸ ਕੁਸ਼ ਹੱਦ ਤੱਕ ਕਾਮਨ ਹੈਗਾ ਮੈਥ ਤੇ ਸਾਇੰਸ ਅ ਚਲੋ ਸਟਾਰਟ ਕਰਦੇ ਆਪਾਂ ਫਟਾਫਟ ਅਜਿਹਾ ਟਾਪਿਕ ਜਿਸ ਤੇ ਵਿੱਚ ਆਪਾਂ ਕੁਝ ਪਲਾਂਟਸ ਸੀ ਤੇ ਕੁਝ ਐਨੀਮਲਸ ਦੀ ਗੱਲ ਕਰਾਂਗੇ ਸਪੈਸ਼ਲੀ ਇਹ ਵਾਲਾ ਜੋ ਪੋਰਸ਼ਨ ਹੈ ਆਪਣਾ ਇਹ ਜੋ ਆਪਾਂ ਲਾਸਟ ਵੀਡੀਓ ਕੀਤੀ ਹੈ ਜੀ ਫੋਰੈਸਟ ਵਾਲੀ ਜੰਗਲਾਂ ਵਾਲੀ ਉਹਦੇ ਨਾਲ ਹੀ ਥੋੜਾ ਲਿੰਕ ਹੈਗਾ ਠੀਕ ਹੈ ਕਿਉਂਕਿ ਉਹਦੇ ਨਾਲ ਹੀ ਇਹ ਜੁੜਿਆ ਹੋਇਆਗਾ ਅਗੇ ਜੰਗਲਾਂ ਦੇ ਵਿੱਚ ਕੁਝ ਐਨੀਮਲਸ ਦੀਆਂ ਪ੍ਰਜਾਤੀਆਂ ਨੇ ਕੁਝ ਪਲਾਂਟਸ ਦੀਆਂ ਨੇ ਉਹਨਾਂ ਦੀ ਅਸੀਂ ਸੁਰੱਖਿਆ ਕਿਵੇਂ ਕਰਨੀ ਹੈ ਰੈਡ ਡਾਟਾ ਬੁੱਕ ਕੀ ਹੁੰਦੀ ਹੈ ਇਹ ਸਾਰੀਆਂ ਚੀਜ਼ਾਂ ਬਾਰੇ ਜਿਹੜੇ ਹੈਗੇ ਅਸੀਂ ਪੜਾਂਗੇ ਤੇ ਲਾਸਟ ਤੇ ਅਸੀਂ ਕੁਝ ਐਮਸੀਕਿਊ ਡਿਸਕਸ ਕਰਾਂਗੇ ਜੋ ਕਿ ਪ੍ਰੀਵੀਅਸ ਇਅਰ ਐਗਜ਼ਾਮ ਦੇ ਨੇ ਜਾਂ ਕਿ ਲੋ ਮੋਸਟ ਐਕਸਪੈਕਟਿਡ ਕੁਐਸਚਨ ਨੇ ਸੋ ਪਹਿਲਾ ਟਾਪਿਕ ਹੈ ਆਪਣਾ ਐਂਡੇਮਿਕ ਸਪੀਸੀਜ਼ ਕੀ ਹੁੰਦੀਆਂ ਨੇ ਸੋ ਦੇਖੋ ਐਂਡੇਮਿਕ ਪੰਜਾਬੀ ਦੇ ਵਿੱਚ ਅਗਰ ਅਸੀਂ ਇਹਨੂੰ ਪੜਾਂਗੇ ਤਾਂ ਉੱਥੇ ਸਾਫ਼ ਲਿਖਿਆ ਹੋਇਆ ਖਾਸ સ્થાનિક પ્રજાતિઓ સો ઓવાણીયા પહેલા ਇਹਨਾਂ ਦੀ ਡੈਫੀਨੇਸ਼ਨ ਆਪਾਂ ਦੇਖ ਲੈਨੇ ਆ ਦਾ ਸਪੀਸੀਜ਼ ਆਫ ਪਲਾਂਟਸ ਐਂਡ ਐਨੀਮਲਸ ਦੇਖੋ ਦੋਨਾਂ ਦੇ ਨਾਮ ਲਿਖੇ ਨੇ ਪਲਾਂਟਸ ਤੇ ਵੀ ਐਨੀਮਲਸ ਤੇ ਵੀ ਫਾਊਂਡ ਇਨ ਅ ਪਾਰਟਿਕੂਲਰ ਏਰੀਆ ਆਰ ਕਾਲਡ ਐਂਡੇਮਿਕ ਸਪੀਸੀਜ਼ ਸੋ ਨਾਮ ਤੋਂ ਹੀ ਪਤਾ ਚੱਲੀ ਜਾ ਰਿਹਾ ਕਿ ਖਾਸ ਸਥਾਨਿਕ ਪ੍ਰਜਾਤੀਆਂ ਪ੍ਰਜਾਤੀਆਂ ਦਾ ਮਤਲਬ ਸਪੀਸੀਜ਼ ਇੱਕ ਸਮੂਹ ਹੁੰਦਾ ਜੀ ਜਿਵੇਂ ਆਪਾਂ ਹਿਊਮਨ ਇੱਕ ਸਪੀਸੀਜ਼ ਨਾ ਠੀਕ ਹੈ ਇਦਾਂ ਸਾਰੀਆਂ ਅਲੱਗ-ਅਲੱਗ ਪਲਾਂਟਸ ਦੀਆਂ ਤੇ ਐਨੀਮਲਸ ਦੀਆਂ ਜਿਹੜੀਆਂ ਹੈਗੀਆਂ ਨੇ ਸਪੀਸੀਸ ਹੁੰਦੀਆਂ ਨੇ ਸਪੈਸ਼ਲੀ ਸਾਨੂੰ ਇਹਦੇ ਵਿੱਚ ਜ਼ਿਆਦਾ ਡਿਟੇਲ ਵਿੱਚ ਹੋਰ ਸਪੀਸੀਸ ਦੇ ਵਿੱਚ ਆਨਦੀ ਕੋਈ ਲੋੜ ਨਹੀਂ ਹੈਗਾ ਤੁਸੀਂ ਡਾਇਰੈਕਟ ਸਮਝ ਸਕਦੇ ਹੋ ਖਾਸ ਸਥਾਨਕ ਪ੍ਰਜਾਤੀਆਂ ਉਹ ਹੁੰਦੀਆਂ ਨੇ ਪੌਦਿਆਂ ਤੇ ਜਾਨਵਰਾਂ ਦੀਆਂ ਉਹ ਵਾਲੀਆਂ ਕਿਸਮਾਂ ਜੋ ਕਿਸੇ ਖਾਸ ਜਾਂ ਕਹੋ ਵਿਸ਼ੇਸ਼ ਖੇਤਰ ਵਿੱਚ ਪਾਈਆਂ ਜਾਂਦੀਆਂ ਨੇ ਇਹ ਨਹੀਂ ਕਿ ਸਾਰੀ ਜਗ੍ਹਾ ਤੇ ਉਹ ਅਵੇਲੇਬਲ ਹੋਣ ਕੁਝ ਕੁ ਹਿੱਸੇ ਦੇ ਵਿੱਚ ਹੀ ਉਹ ਚੀਜ਼ਾਂ ਮਿਲਣਗੀਆਂ ਜਿਵੇਂ ਜਿਵੇਂ ਡਾਇਰੈਕਸ਼ਨ ਦੀ ਗੱਲ ਕਰਾਂ ਤਾਂ ਕੁਝ ਕੁ ਪਲਾਂਟਸ ਦੀਆਂ ਜਾਂ ਐਨੀਮਲਸ ਦੀਆਂ ਸਪੀਸੀਸ ਜਿਹੜੀਆਂ ਹੈਗੀਆਂ ਨੇ ਪ੍ਰਜਾਤੀਆਂ ਜਿਹੜੀਆਂ ਹੈਗੀਆਂ ਨੇ ਹੋ ਸਕਦੇ ਹੋ ਸਿਰਫ ਦੱਖਣ ਵਾਲੇ ਹਿੱਸੇ 'ਚ ਮਿਲਣ ਠੀਕ ਹੈ ਉੱਤਰ ਦੇ ਵਿੱਚ ਨਾ ਮਿਲਣ ਪੂਰਬ ਦੇ ਵਿੱਚ ਨਾ ਮਿਲਣ ਪੱਛਮ ਦੇ ਵਿੱਚ ਨਾ ਮਿਲਣ ਸੋ ਇਸ ਤਰੀਕੇ ਨਾਲ ਜਾਂ ਆਪਾਂ ਕੋਈ ਸਪੈਸ਼ਲ ਖੇਤਰ ਵੀ ਲੈ ਸਕਦੇ ਹਾਂ ਕਿ ਉਹ ਵਾਲੀ ਚੀਜ਼ ਸਿਰਫ ਉੱਥੇ ਹੀ ਹੁੰਦੀ ਹੈ ਫਾਰ ਇਗਜ਼ਾਮਪਲ ਜਿਵੇਂ ਆਪਾਂ نیچے ਦੇਖੀਏ ਤਾਂ ਇੱਥੇ ਦੇਖੋ ਯਾਕ ਹੈ ਹੈਨਾ ਇਹ ਵਾਲਾ ਦੇਖੋ ਸੈਕਿੰਡ ਡਾਇਗਰਾਮ ਦੇ ਵਿੱਚ ਯਾਕ ਹੈ ਸੋ ਇਹ ਵੀ ਇੱਕ ਐਂਡੇਮਿਕ ਸਪੀਸੀ ਹੈ ਹਾਲਾਂਕਿ ਐਨੀਮਲ ਹੈ ਇੱਕ ਐਂਡੇਮਿਕ ਸਪੀਸੀ ਹੈ ਕਿਉਂ ਕਿਉਂਕਿ ਇਹ ਕਿਸੇ ਵਿਸ਼ੇਸ਼ ਖੇਤਰ ਦੇ ਵਿੱਚ ਹੀ ਪਾਈ ਜਾਂਦੀ ਹੈ ਕਿੱਥੇ ਮਿਲਦਾ ਜੀ ਇਹ ਆਪਾਂ ਨੂੰ ਅਪਰ ਹਿਮਾਚਲ ਦੇ ਵਿੱਚ ਜਾਂ ਖੈਰੋ ਹਿਮਾਚਲ ਦੇ ਵਿੱਚ ਠੀਕ ਹੈ ਸੋ ਹਿਮਾਚਲ ਖੇਤਰ ਹੋ ਗਿਆ ਜਾਂ ਖੈਰੋ ਲਦਾਖ ਦੇ ਵਿੱਚ ਵੀ ਇਹ ਮਿਲ ਜਾਂਦਾ ਹੈਗਾ ਯਾਕ ਜਿਹੜਾ ਹੈਗਾ ਅ ਸੋ ਇਹ ਆਣੀ ਜਗ੍ਹਾ ਦੇ ਵਿੱਚ ਇਹ ਮਿਲਦਾ ਹੈਗਾ ਲਦਾਖ ਜਾਂ ਹਿਮਾਚਲ ਦੇ ਵਿੱਚ ਤਾਂ ਕਰਕੇ ਇਹ ਕਿਹੜੀ ਸਪੀਸੀ ਹੋਗੀ ਐਂਡੇਮਿਕ ਸਪੀਸੀ ਹੋਗੀ ਕਿਉਂਕਿ ਖਾਸ ਜਗ੍ਹਾ ਤੇ ਕਿਸੇ ਖਾਸ ਖੇਤਰ ਦੇ ਵਿੱਚ ਹੀ ਪਾਈ ਜਾਂਦੀ ਹੈ ਸਿਮਿਲਰਲੀ ਇੱਥੇ ਦੇਖੋ ਪਾਂਡਾ ਦਿੱਤਾ ਆਪਾਂ ਸਾਰੀ ਐਗਜ਼ੈਂਪਲ ਮੈਂ ਸਿਰਫ ਉਹ ਹੀ ਲਈਆਂ ਨੇ ਜਿੰਨਾ ਤੋਂ ਆਪਾਂ ਸਾਰੇ ਅਵੇਅਰ ਆ ਸੋ ਇੱਥੇ ਪੰਡਾ ਦੀ ਐਗਜ਼ੈਂਪਲ ਲਈਏ ਜੀ ਇਹ ਵੀ ਆਪਣਾ ਨਾਰਥ-ਈਸਟ ਦੇ ਵਿੱਚ ਪਾਇਆ ਜਾਂਦਾ ਇੱਥੇ ਲਿਖ ਦਿੰਨਾ ਮੈਂ ਨਾਰਥ ਠੀਕ ਹੈ ਨਾਰਥ ਦਾ ਮਤਲਬ ਉੱਤਰ ਹੁੰਦਾ ਹੈ ਨਾਰਥ ਈਸਟ ਅਲੇ ਇਲਾਕਿਆਂ ਦੇ ਵਿੱਚ ਇਹ ਮਿਲਦਾਗਾ ਸੋ ਇਹ ਵੀ ਕਿਹੜੀ ਸਪੀਸੀਸ ਹੈ ਜੀ ਐਂਡੇਮਿਕ ਸਪੀਸੀ ਹੈ ਨਾਰਥ-ਈਸਟ ਇਸ ਤੋਂ ਇਲਾਵਾ ਤੋਂ ਦੋ ਐਗਜ਼ੈਂਪਲ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਡਾਇਰੈਕਸ਼ਨ ਦੇ ਅਕੋਰਡਿੰਗ ਵੀ ਦੇਖ ਸਕਦੇ ਹਾਂ ਅਸੀਂ ਮਤਲਬ ਪਾਰਟਿਕੂਲਰ ਕਿਥੇ ਏਰੀਆ ਦੀ ਵੀ ਗੱਲ ਕਰ ਸਕਦੇ ਹਾਂ ਇਸ ਤੋਂ ਲਾ ਬਈ ਬੜੀ ਇੰਪੋਰਟੈਂਟ ਪੀਸੀ ਹੈ ਜੀ ਬੈਂਬੋ ਪਲੈਂਟ ਠੀਕ ਹੈ ਆ ਬੀ ਇਹਦੇ ਤੁਸੀਂ ਲਿਖ ਲਓ ਥੋੜਾ ਜਿਹਾ ਪੈਨਸਲ ਦੇ ਨਾਲ ਕਈ ਵਾਰ ਲਿਖਣਾ ਜਿਹੜਾ ਹੈਗਾ ਉਹ ਡਿਫਿਕਲਟ ਹੋ ਜਾਂਦਾ ਹੈਗਾ ਆ ਲੈਟ ਮੀ ਟ੍ਰਾਈ ਅਗੇਨ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰਦੇ ਹਾਂ ਸੋ ਇਹ ਬਾਸ ਦਾ ਪੌਦਾ ਜਿਸ ਨੂੰ ਅਸੀਂ ਬੋਲਦੇ ਹਾਂ ਪੰਜਾਬੀ ਵਾਲੇ ਡਾਇਰੈਕਟ ਹੀ ਲਿਖ ਸਕਦੇ ਹੋ ਬਾਸ ਦਾ ਪੌਦਾ ਸੋ ਇਹ ਬੈਂਬੋ ਪਲੈਂਟ ਹੈ ਜੀ ਠੀਕ ਹੈ ਬਾਸ ਦਾ ਪੌਦਾ ਸੋ ਇਹ ਵੀ ਕਿਸੇ ਵਿਸ਼ੇਸ਼ ਇਲਾਕੇ ਦੇ ਵਿੱਚ ਹੀ ਪਾਇਆ ਜਾਂਦਾ ਹੈ ਅਗਰ ਇਸ ਦੀ ਆਪਾਂ ਗੱਲ ਕਰੀਏ ਇਹ ਵੀ ਆਪਣਾ ਜਿਹੜਾ ਹੈਗਾ ਜੀ ਨਾਰਥ-ਈਸਟ ਵਾਲੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਤਾਂ ਗਰ ਕੀ ਐਂਡੇਮਿਕ ਸਪੀਸੀਜ਼ ਕਿਹੜੀਆਂ ਹੋ ਗਈਆਂ ਉਹ ਵਾਲੀਆਂ ਸਪੀਸੀਜ਼ ਜਿਹੜੀਆਂ ਕਿਸੇ ਵਿਸ਼ੇਸ਼ ਖੇਤਰ ਦੇ ਵਿੱਚ ਹੀ ਮਿਲਦੀਆਂ ਨੇ ਕਾਦੀਆਂ ਸਪੀਸੀਜ਼ ਪਲਾਂਟਸ ਐਨੀਮਲਸੀਆਂ ਪੌਦਿਆਂ ਤੇ ਜਾਨਵਰਾਂ ਦੀਆਂ ਉਹਨਾਂ ਨੂੰ ਅਸੀਂ ਬੋਲਦੇ ਹਾਂ ਐਂਡੇਮਿਕ ਸਪੀਸੀਜ਼ ਜਿਵੇਂ ਇੰਗਲਿਸ਼ ਟਰਮ ਆਫ ਪੁਆਇੰਟ ਆਫ 뷰 ਨਾਲ ਦੇਖੀਏ ਤਾਂ ਥੋੜਾ ਜਿਹਾ ਔਖਾ ਲੱਗਦਾ ਪਰ ਜੇ ਅਸੀਂ ਪੰਜਾਬੀ ਦੇ ਵਿੱਚ ਦੇਖੀਏ ਕਿ ਐਂਡੇਮਿਕ ਨੂੰ ਅਸੀਂ ਬੋਲਦੇ ਹਾਂ ਖਾਸ ਸਥਾਨਕ ਪ੍ਰਜਾਤੀਆਂ ਤੋਂ ਨਾਮ ਦੇ ਵਿੱਚ ਹੀ ਪਿਆ ਜਿਹੜੀਆਂ ਕਿਸੇ ਖਾਸ ਇਲਾਕਿਆਂ ਦੇ ਵਿੱਚ ਮਿਲਦੀਆਂ ਨੇ ਹਾਂਜੀ ਸੈਕੰਡ ਆ ਗਿਆ ਐਕਸਟਿੰਕਟ ਸਪੀਸੀਜ਼ ਐਕਸਟਿੰਡ ਦਾ ਮਤਲਬ ਹੁੰਦਾ ਜੀ ਅਲੋਪ ਹੋ ਜਾਣਾ ਤਾਂ ਅਗਰ ਕਿ ਮੈਂ ਇੱਥੇ ਲਿਖਿਆ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਸੋ ਨਾਮ ਦੇ ਵਿੱਚ ਇੱਥੇ ਵੀ ਪਤਾ ਲੱਗ ਰਿਹਾ ਆਪਾਂ ਨੂੰ ਜੋ ਪੰਜਾਬੀ ਮੀਡੀਆ ਵਾਲੇ ਉਹਨਾਂ ਲਈ ਬੜਾ ਸੌਖਾ ਜਿਹਾ ਕੰਮ ਹੈ ਕੋਈ ਬਹੁਤ ਜ਼ਿਆਦਾ ਔਖਾ ਨਹੀਂ ਸੋ ਉਹ ਵਾਲੀਆਂ ਪ੍ਰਜਾਤੀਆਂ ਉਹ ਵਾਲੀਆਂ ਪੌਦਿਆਂ ਅਤੇ ਜੰਤੂਆਂ ਦੋਨਾਂ ਦੀ ਗੱਲ ਹੋ ਰਹੀ ਹੈ ਧੀਆਂ ਪ੍ਰਜਾਤੀਆਂ ਜੋ ਧਰਤੀ ਤੋਂ ਖਤਮ ਹੀ ਹੋ ਚੁੱਕੀਆਂ ਨੇ ਉਹਨਾਂ ਨੂੰ ਅਸੀਂ ਬੋਲਦੇ ਹਾਂ ਐਕਸਟਿੰਕਟ ਸਪੀਸੀਜ਼ ਐਕਸਟਿੰਡ ਦਾ ਮਤਲਬ ਹੀ ਹੁੰਦਾ ਜੀ ਖਤਮ ਹੋ ਜਾਣਾ ਸੋ ਥੀਸ ਸਪੀਸੀਜ਼ ਆਰ ਐਕਸਟਿੰਕਟ ਫਰਮ ਦਾ ਅਰਥ ਮਤਲਬ ਧਰਤੀ ਤੋਂ ਖਤਮ ਹੋ ਚੁੱਕੀਆਂ ਨੇ ਹੁਣ ਆਪਾਂ ਸਾਰੇ ਜਾਣਦੇ ਆ ਦੇਖੋ ਇਹਦੇ ਬਾਰੇ ਡਾਇਨਾਸੌਰ ਦੇ ਬਾਰੇ ਆਪਾਂ ਸਭ ਨੂੰ ਪਤਾਗਾ ਕਿ ਹੁਣ ਇਹਨਾਂ ਦਾ ਕੋਈ ਵਜੂਦ ਨਹੀਂ ਰਿਹਾ ਹਾਲਾਂਕਿ ਪਹਿਲਾਂ ਹੁੰਦਾ ਸੀਗਾ ਬਟ ਹੁਣ ਨਹੀਂ ਹੈਗਾ ਤਾਂ ਕਰਕੇ ਡਾਇਨਾਸੌਰ ਖਤਮ ਹੋ ਚੁੱਕੇ ਨੇ ਬਿਲਕੁਲ ਇਹ ਸਾਡੀ ਅਲੋਪ ਹੋ ਚੁੱਕੀ ਪ੍ਰਜਾਤੀ ਹੈ ਇਸ ਤੋਂ ਇਲਾਵਾ ਇਹ ਪੰਛੀ ਹੈ ਜੀ ਡੋਡੋ ਠੀਕ ਹੈ ਨਾਮ ਇਹ ਵੀ ਤੁਸੀਂ ਸਭ ਨੇ ਪਹਿਲਾਂ ਸੁਣਿਆ ਹੋਊਗਾ ਇਹ ਪਿਕਚਰ ਹੈ ਦੀ ਸੋ ਇਹ ਜੋ ਡੋਡੋ ਹੈ ਡਾਇਨਾਸੌਰ ਹੈ ਸੋ ਇਹ 30 ਤੋਂ ਅਲੋਪ ਹੋ ਚੁੱਕੇ ਨੇ ਬਿਲਕੁਲ ਤਾਂਗਰ ਕੇ ਇਹਨਾਂ ਨੂੰ ਅਸੀਂ ਬੋਲਦੇ ਆਂ ਜੀ ਐਕਸਟਿੰਕਟ ਸਪੀਸੀਜ਼ ਹਾਂਜੀ ਸਰ 3rd ਆ ਗਿਆ ਇਨਡੇਂਜਰਡ ਸਪੀਸੀਜ਼ ਇਹ ਬੜਾ ਇੰਪੋਰਟੈਂਟ ਹੈ ਕਿਉਂਕਿ ਇਹ ਟਰੈਂਡਿੰਗ ਦੇ ਵਿੱਚ ਹੈ ਤਾਂਗਰ ਕੇ ਬੜਾ ਇੰਪੋਰਟੈਂਟ ਹੈ ਤੇ ਬਹੁਤ ਜ਼ਿਆਦਾ ਕੰਮ ਹੋ ਰਿਹਾ ਹੈਗਾ ਇਨਡੇਂਜਰਡ ਸਪੀਸੀਜ਼ ਨੂੰ ਅਸੀਂ ਪੰਜਾਬੀ ਦੇ ਵਿੱਚ ਬੋਲਦੇ ਆਂ ਸੰਕਟਕਾਲੀਨ ਪ੍ਰਜਾਤੀਆਂ ਸੋ ਨਾਮ થી ਪਤਾ ਲੱਗ ਜਾਂਦਾ ਜਿਹੜੀਆਂ ਕਿ ਹਾਲੇ ਸੰਕਟ ਦੇ ਵਿੱਚ ਨੇ ਪੂਰੀ ਤਰ੍ਹਾਂ ਖਤਮ ਨਹੀਂ ਹੋਈਆਂ पर ਆਉਣ ਵਾਲੇ ਸਮੇਂ ਦੇ ਵਿੱਚ ਖਤਮ ਹੋ ਸਕਦੀਆਂ ਨੇ ਜੇ ਅਸੀਂ ਉਹਨਾਂ ਤੇ ਧਿਆਨ ਨਾ ਦਿੱਤਾ ਸੋ ðiis species that are at risk of extinction from the earth in the future मतलब ਉਹਆਂ ਇਹ ਪ੍ਰਜਾਤੀਆਂ ਸੰਕਟਕਾਲੀਨ ਪ੍ਰਜਾਤੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਭਵਿੱਖ ਵਿੱਚ ਧਰਤੀ ਤੋਂ ਖਤਮ ਹੋ ਜਾਣ ਦਾ ਖਤਰਾ ਹੈ ਕਿ ਇਹ ਕਿਤੇ ਆਉਣ ਵਾਲੇ ਸਮੇਂ 'ਚ ਖਤਮ ਨਾ ਹੋ ਜਾਣ ਉਹਨਾਂ ਨੂੰ ਅਸੀਂ ਬੋਲਦੇ ਹਾਂ ਇਨਡੇਂਜਰਡ ਸਪੀਸੀਜ਼ ਜਿਸ ਤਰੀਕੇ ਨਾਲ ਡਾਇਗਰਾਮ ਤੁਸੀਂ ਦੇਖ ਸਕਦੇ ਹੋ ਜੀ ਟਾਈਗਰ ਹੈ ਨਾ ਸ਼ੇਰ ਆ ਗਿਆ ਆਪਣਾ ਆ ਟਾਈਗਰ ਆ ਗਿਆ ਆਪਣਾ ਸ਼ੇਰਨੀ ਹੈਗਾ ਸੋ ਟਾਈਗਰ ਜੋ ਹੈਗਾ ਉਹ ਇੱਕ ਤਰ੍ਹਾਂ ਦਾ ਕੀ ਹੈ ਜੀ ਇਨਡੇਂਜਰਡ ਸਪੀਸੀਜ਼ ਹੈ ਮਤਲਬ ਸੰਕਟਕਾਲੀਨ ਪ੍ਰਜਾਤੀਆਂ ਨੇ ਬਹੁਤ ਘੱਟ ਇਨਾਂ ਤੇ ਹੋ ਰਿਹਾ ਹੈਗਾ ਟਾਈਗਰ ਪ੍ਰੋਜੈਕਟ ਤੁਸੀਂ ਸੁਣਿਆ ਹੋਊਗਾ ਠੀਕ ਹੈ ਜੀ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਖਤਮ ਨਾ ਹੋ ਜਾਣ ਇਸ ਤਰੀਕ ਇਹਨਾਂ ਦੀ ਜੋ ਬਰੀਡਿੰਗ ਪ੍ਰੋਪਰ ਕਰਵਾਈ ਜਾ ਰਹੀ ਹੈ ਅ ਇਸ ਤੋਂ ਇਲਾਵਾ ਦੇਖੋ ਇੱਥੇ ਧਿਆਨ ਨਾਲ ਬਲੈਕ ਵਕ ਕਾਲਾ ਹਿਰਨ ਨਾਮ ਸਭ ਨੇ ਸੁਣਿਆ ਹੋਊਗਾ ਮੈਂ ਦੋਨੋਂ ਲੈਂਗੁਏਜ ਦੇ ਵਿੱਚ ਇੱਥੇ ਲਿਖ ਦਿੰਨਾ ਬਲੈਕਬੱਕ ਕਾਲਾ ਹਿਰਨ ਜਿਹਨੂੰ ਅਸੀਂ ਬੋਲਦੇ ਆ ਠੀਕ ਹੈ ਸੋ ਲਿਖ ਲਓ ਪੰਜਾਬੀ ਵਾਲੇ ਪੰਜਾਬੀ ਦੇ ਵਿੱਚ ਕਿਉਂਕਿ ਦੋ ਨਾਮ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜਦੋਂ ਵੀ ਤੁਹਾਨੂੰ ਗੱਲ ਹੋਊਗੀ ਸੰਕਟ ਕਾਲੀਨ ਪ੍ਰਜਾਤਨੀਆਂ ਦੀ ਤਾਂ ਦੋ ਚੀਜ਼ਾਂ ਬਾਰੇ ਹਮੇਸ਼ਾ ਤੁਹਾਨੂੰ ਪੁੱਛਿਆ ਜਾਊਗਾ ਇੱਕ ਟਾਈਗਰ ਆ ਗਿਆ ਜਿਹਨੂੰ ਬਾਗ ਲਿਖ ਦਿੰਨਾ ਮੈਂ ਪੰਜਾਬੀ ਦੇ ਵਿੱਚ ਇੱਕ ਬਲੈਕਬੱਕ ਆ ਗਿਆ ਜਿਹਨੂੰ ਮੈਂ ਲਿਖੂਗਾ ਕਾਲਾ ਹਿਰਨ ਮੋਸਟ ਇੰਪੋਰਟੈਂਟ ਨੇ ਇਹ ਟਾਪਿਕ ਵੀ ਮੋਸਟ ਇੰਪੋਰਟੈਂਟ ਹੈ ਇਨਡੇਂਜਰਡ ਸਪੀਸੀਜ਼ ਆ ਕਿਉਂਕਿ ਆਬਵੀਅਸਲੀ ਗੱਲ ਹੈ ਜੀ ਜਿਨ੍ਹਾਂ ਤੇ ਕੰਮ ਹੋ ਰਿਹਾ ਦੇਖੋ ਜਿਹੜੀਆਂ ਖਤਮ ਹੋ ਗਈਆਂ ਤਾਂ ਜਿੰਨਾ ਦਾ ਵਜੂਦ ਅਸੀਂ ਬਚਾ ਸਕਦੇ ਆ ਜਿੰਨਾ ਸਪੀਸੀਸ ਨੂੰ ਅਸੀਂ ਬਚਾ ਸਕਦੇ ਆ ਜਿੰਨਾ ਤੇ ਕੰਮ ਜ਼ਿਆਦਾ ਹੋ ਰਿਹਾਗਾ ਉਹ ਹਮੇਸ਼ਾ ਹੀ ਜੋ ਐਗਜ਼ਾਮ ਦਾ ਜਿਹੜਾ ਹੈਗਾਗਾ ਫੇਵਰਟ ਕੁਐਸਚਨ ਰਹਿੰਦਾਗਾ ਸੋ ਇੱਥੇ ਮੈਂ ਐਨੀਮਲ ਦੀ ਐਗਜ਼ੈਂਪਲ ਤਾਂ ਲਈਏ ਗੱਲ ਜ਼ਰੂਰ ਨੋਟ ਕਰ ਲਿਓ ਸਾਰੇ ਕਿਉਂਕਿ ਐਨੀਮਲਸ ਨਾਲ ਅਸੀਂ ਜ਼ਿਆਦਾਤਰ ਅਵੇਅਰ ਹੁੰਨੇ ਆ ਸੋ ਪਲਾਂਟ ਸੀ ਕਈ ਵਾਰ ਸਾਨੂੰ ਨਾਮ ਨਹੀਂ ਪਤਾ ਹੁੰਦੇ ਕਾਫੀ ਤਰ੍ਹਾਂ ਦੇ ਪਲਾਂਟਸ ਹੁੰਦੇ ਨੇ ਅਗਰ ਤੁਸੀਂ ਆਪਣੇ ਆਲੇ-ਦੁਆਲੇ ਵੀ ਦੇਖੋ ਤਾਂ ਬਹੁਤ ਸਾਰੇ ਇਦਾਂ ਦੇ ਪਲਾਂਟ ਤੁਹਾਨੂੰ ਮਿਲ ਜਾਣਗੇ ਜਿਹੜੇ ਅ ਮਤਲਬ ਤੁਹਾਨੂੰ ਪਤਾ ਤਾਂ ਦਾ ਹੂ ਪਰ ਤੁਹਾਨੂੰ ਉਹਨਾਂ ਦਾ ਐਗਜ਼ੈਕਟ ਨਾਮ ਨਹੀਂ ਆਉਂਦਾ ਹੋਣਾ ਬਟ ਐਨੀਮਲਸ ਦੇ ਬਾਰੇ ਅਸੀਂ ਸਾਰੇ ਅਵੇਅਰ ਹੁੰਨੇ ਆ ਤਾਂ ਕਰਕੇ ਇੱਕ ਯਾਦ ਰੱਖੋ ਕਿ ਇਨ ਡੇਂਜਰਡ ਸਪੀਸੀ ਦੇ ਵਿੱਚ ਕੱਲੇ ਐਨੀਮਲਸ ਨਹੀਂ ਜੀ ਇਹਦੇ ਵਿੱਚ ਪਲਾਂਟਸ ਵੀ ਆ ਜਾਂਦੇ ਨੇ ਠੀਕ ਹੈ ਪਲਾਂਟਸ ਵੀ ਆ ਜਾਂਦੇ ਨੇ ਐਨੀਮਲਸ ਵੀ ਆ ਜਾਂਦੇ ਨੇ ਠੀਕ ਹੈ ਸਾਰੀਆਂ ਚੀਜ਼ਾਂ ਇਹਦੇ ਵਿੱਚ ਕਵਰ ਹੋਣਗੀਆਂ ਤਾਂ ਕਰਕੇ ਹਮੇਸ਼ਾ ਆਪਾਂ ਸਾਰੀਆਂ ਐਗਜ਼ੈਂਪਲ ਦੇ ਵਿੱਚ ਇੱਕ ਬੈਂਬੂ ਪਲਾਂਟ ਤੋਂ ਇਲਾਵਾ ਬਾਹਾਂਸ ਦੇ ਪੌਦੇ ਤੋਂ ਇਲਾਵਾ ਆਪਾਂ ਜ਼ਿਆਦਾਤਰ ਐਨੀਮਲ ਹੀ ਲੈਨੇ ਪਰ ਇਹਦੇ ਵਿੱਚ ਸਪੀਸੀਜ਼ ਜਿੱਥੇ ਆ ਗਿਆ ਦਾ ਮਤਲਬ ਕਿਹੜੀਆਂ ਸਪੀਸੀਜ਼ ਕਿਹੜੀਆਂ ਪ੍ਰਜਾਤੀਆਂ ਦੀ ਆਪਾਂ ਗੱਲ ਕਰ ਰਹੇ ਆ ਪਲਾਂਟਸ ਐਂਡ ਐਨੀਮਲਸ ਸੀ ਹਾਂਜੀ ਆਪਣਾ ਫੋਰਥ ਟਾਪਿਕ ਆ ਗਿਆ ਅੱਜ ਦਾ ਰੈਡ ਡਾਟਾ ਬੁੱਕ ਜਿਸ ਨੂੰ ਅਸੀਂ ਬੋਲਦੇ ਆਂ ਲਾਲ ਅੰਕੜਾ ਕਿਤਾਬ ਅਗੇਨ ਆ ਇੰਪੋਰਟੈਂਟ ਵਨ ਕਾਫੀ ਇੰਪੋਰਟੈਂਟ ਹੈ ਹੈਜੀ ਸਲਾਈਡ ਦੇ ਵਿੱਚੋਂ ਜੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੁਐਸਚਨ ਨਿਕਲਦਾ ਉਹ ਰੈਡ ਡਾਟਾ ਬੁੱਕ ਦਾ ਹੀ ਬੰਦ ਹੈ ਲਾਲ ਅੰਕੜਾ ਕਿਤਾਬ ਦਾ ਬੰਦ ਹੈ ਕਿਉਂਕਿ ਬੁਕਸ ਬਾਰੇ ਅਸੀਂ ਬਹੁਤ ਕੁਝ ਸੁਣਿਆ ਹੁੰਦਾ ਬਟ ਸਾਨੂੰ ਕਿਵੇਂ ਲਾਲ ਅੰਕੜਾ ਕਿਤਾਬ ਤੇ ਕੁਐਸਚਨ ਆ ਜਾਂਦੇ ਤੇ ਉਹਦਾ ਸਾਨੂੰ ਨਹੀਂ ਪਤਾ ਹੁੰਦਾ ਕਿਉਂਕਿ ਅਗਰ ਤੁਸੀਂ ਸਿਲੇਬਸ ਦੇਖਿਆ ਹੋ ਨਾ ਜੋ ਹੁਣ ਸਿਲੇਬਸ ਆਇਆ ਆਪਣਾ ਪੀਐਸਐਟ ਦੇ ਨਾਲ ਵੀ ਉਹਦੇ ਵਿੱਚ ਇਹਨਾਂ ਨੇ ਪ੍ਰੋਪਰ ਮੈਂਸ਼ਨ ਕੀਤਾ ਹੋਇਆ ਐਨੀਮਲਸ ਐਂਡ ਪਲਾਂਟਸ ਮਤਲਬ ਇਹਨਾਂ ਬਾਰੇ ਜਿੰਨਾ ਵੱਧ ਤੋਂ ਵੱਧ ਅਸੀਂ ਸਿੱਖਾਂਗੇ ਉਨਾ ਹੀ ਘੱਟ ਹੋਊਗਾ ਰੈਡ ਡਾਟਾ ਬੁੱਕ ਕੀ ਹੁੰਦੀ ਹੈ ਇਟ ਕੀਪਸ ਰਿਕਾਰਡ ਆਫ 올 ਦਾ ਇਨਡੇਂਜਰਡ ਸਪੀਸੀਜ਼ ਮਤਲਬ ਇਹ ਉਹ ਕਿਤਾਬ ਹੈ ਅ ਜਿਹਦੇ ਵਿੱਚ ਉਹਨਾਂ ਪ੍ਰਜਾਤੀਆਂ ਦਾ ਰਿਕਾਰਡ ਰੱਖਿਆ ਜਾਂਦਾ ਜੋ ਖਤਰੇ ਦੀ ਕਗਾਰ ਤੇ ਨੇ ਆਪਾਂ ਦੇਖੋ ਹੁਣੀ ਪੜ ਕੇ ਆਏ ਆ ਠੀਕ ਹੈ ਪਿੱਛੇ ਵੀ ਕਿਹੜੀਆਂ-ਕਿਹੜੀਆਂ ਪ੍ਰਜਾਤੀਆਂ ਖਤਰੇ ਦੀ ਕਗਾਰ ਤੇ ਨੇ ਜਿਵੇਂ ਉਹਨਾਂ ਨੂੰ ਅਸੀਂ ਬੋਲਦੇ ਆ ਸੰਕਟਕਾਲੀਨ ਪ੍ਰਜਾਤੀਆਂ ਜਿਸ ਤਰ੍ਹਾਂ ਕੇ ਨਾਲ ਆਪਾਂ ਐਗਜ਼ਾਮਪਲ ਲਈ ਸੀ ਉੱਥੇ ਟਾਈਗਰ ਦੀ ਆਪਾਂ ਐਗਜ਼ਾਮਪਲ ਲਈ ਸੀ ਠੀਕ ਹੈ ਜੀ ਟਾਈਗਰ ਦੇ ਨਾਲ ਆਪਾਂ ਹੋਰ ਐਗਜ਼ਾਮਪਲ ਲਈ ਸੀ ਬਲੈਕਬੱਕ ਦੀ ਲਈ ਸੀ ਕਾਲਾ ਹਿਰਨ ਜਿਹਨੂੰ ਅਸੀਂ ਬੋਲਦੇ ਆ ਬਲੈਕਬੱਕ ਸੋ ਇਹ ਉਹ ਪ੍ਰਜਾਤੀਆਂ ਨੇ ਜੋ ਖਤਰੇ ਦੀ ਕਗਾਰ ਤੇ ਨੇ ਜੋ ਆਉਣ ਵਾਲੇ ਸਮੇਂ 'ਚ ਖਤਮ ਹੋ ਸਕਦੀਆਂ ਨੇ ਸੋ ਇਹਨਾਂ ਸਬਦਾਂ ਰਿਕਾਰਡ ਠੀਕ ਹੈ ਇੱਕ ਸਪੈਸ਼ਲ ਕਿਤਾਬ ਦੇ ਵਿੱਚ ਰੱਖਿਆ ਜਾਂਦਾ ਹੈਗਾ ਜਿਸ ਨੂੰ ਅਸੀਂ ਬੋਲਦੇ ਹਾਂ ਰੈਡ ਡਾਟਾ ਬੁੱਕ ਲਾਲ ਅੰਕੜਾ ਕਿਤਾਬ ਇੱਥੇ ਤੁਸੀਂ ਜਿਹੜਾ ਹੈਗਾ ਬੁੱਕ ਦਾ ਇੰਟਰਫੇਸ ਦੇਖ ਸਕਦੇ ਹੋ ਇਸ ਤਰੀਕੇ ਨਾਲ ਕਿਉਂਕਿ ਰੈਡ ਮੇ ਵੀ ਤਾਂ ਰੱਖਿਆ ਗਿਆ ਕਿਉਂਕਿ ਖਤਰੇ ਆਲਣ ਪਰਜਾਤੀਆਂ ਨੇ ਇਹਦੇ ਵਿੱਚ ਸਾਰੀਆਂ ਦਰਜ ਤਾਂ ਕਰਕੇ ਕਿਉਂਕਿ ਰੈਡ ਖਤਰੇ ਦਾ ਜਿਹੜਾ ਸਾਈਨ ਹੁੰਦਾ ਹੈਗਾ ਤਾਂ ਕਰਕੇ ਰੈਡ ਡਾਟਾ ਬੁੱਕ ਸੋ ਯਾਦ ਰੱਖੋ ਚਾਹੇ ਕੋਈ ਪਲਾਂਟ ਹੈ ਜੀ ਚਾਹੇ ਕੋਈ ਪਲਾਂਟ ਹੈ ਚਾਹੇ ਐਨੀਮਲ ਹੈ ਠੀਕ ਹੈ ਚਾਹੇ ਪਲਾਂਟ ਹੈ ਚਾਹੇ ਐਨੀਮਲ ਜੋ ਵੀ ਇਹਨਾਂ ਦੇ ਵਿੱਚੋਂ ਖਤਰੇ ਦੀ ਕਗਾਰ ਤੇ ਪ੍ਰਜਾਤੀਆਂ ਹੋਣਗੀਆਂ ਉਹਨਾਂ ਦਾ ਰਿਕਾਰਡ ਜਿਹੜਾ ਹੈਗਾ ਰੈਡ ਡਾਟਾ ਬੁੱਕ ਲਾਲ ਅੰਕੜਾ ਕਿਤਾਬ ਦੇ ਵਿੱਚ ਰੱਖਿਆ ਜਾਊਗਾ ਇਸ ਤੋਂ ਇਲਾਵਾ ਕੁਝ ਇੰਪੋਰਟੈਂਟ ਕੁਐਸਚਨ ਨੇ ਇਹਨਾਂ ਨੂੰ ਇਹਨਾਂ ਤੇ ਇੱਕ ਵਾਰ ਨਿਗਾਹ ਮਾਰ ਕੇ ਰੱਖ ਲਓ ਕਿਉਂਕਿ ਕਈ ਵਾਰ ایਵੀਐਸ ਦੇ ਵਿੱਚ ਦਾ ਡਾਇਰੈਕਟਿਵ ਪੇਪਰ ਦੇ ਵਿੱਚ ਆਪਾਂ ਨੂੰ ਕੁਐਸਚਨ ਆ ਜਾਂਦੇ ਨੇ ਕਿ ਸਾਡਾ ਰਾਸ਼ਟਰੀ ਜੀਵ ਕਿਹੜਾ ਹੈਗਾ ਨੈਸ਼ਨਲ ਐਨੀਮਲ ਰਾਸ਼ਟਰੀ ਜੀਵ ਰਾਸ਼ਟਰੀ ਜਾਨਵਰ ਕਿਹੜਾ ਹੈਗਾ ਤਾਂ ਉਹ ਟਾਈਗਰ ਆਊਗਾ ਜੀ ਠੀਕ ਹੈ टाइगर ਦਾ ਮਤਲਬ ਵਾਕ ਕਹ ਲਓ ਇਸ ਤਰੀਕੇ ਨਾਲ ਫਿਰ ਨੈਸ਼ਨਲ ਬਰਡ ਰਾਸ਼ਟਰੀ ਸਾਡਾ ਪੰਛੀ ਕਿਹੜਾ ਹੈ ਤਾਂ ਪੀਕਾਕ ਆਊਗਾ ਜੀ ਮੋਰ ਆਊਗਾ ਕਿਉਂਕਿ ਸਿੱਧਾ ਕੁਐਸਚਨ ਪੇਪਰ ਦੇ ਵਿੱਚ ਆਪਾਂ ਨੂੰ ਇਹ ਦਾ ਸਕਦਾ ਹੈ ਨੈਕਸਟ ਹੈਗਾ ਨੈਸ਼ਨਲ ਟਰੀ ਤੁਹਾਡਾ ਰਾਸ਼ਟਰੀ ਦਰਖਤ ਕਿਹੜਾ ਜੀ ਬ냔 ਜਿਸ ਨੂੰ ਅਸੀਂ ਬੋਹੜ ਵੀ ਬੋਲ ਦਿੰਨੇ ਆ ਜਿਸ ਨੂੰ ਅਸੀਂ ਬੋਹੜ ਲਿਖ ਸਕਦੇ ਆ ਨਾਰਮਲੀ ਸੋ ਇਹ ਸਾਰੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਛੋਟੀਆਂ-ਛੋਟੀਆਂ ਚੀਜ਼ਾਂ ਨੇ ਬਟ ਇਹਨੂੰ ਅਸੀਂ ਸਾਈਡ ਤੇ ਨੋਟ ਕਰਕੇ ਰੱਖ ਲਈ ਤਾਂ ਕਾਫੀ ਇੰਪੋਰਟੈਂਟ ਰਹੂਗਾ ਸਾਡੇ ਲਈ ਪੇਪਰ ਪੁਆਇੰਟ ਆਫ View ਦੇ ਹਿਸਾਬ ਨਾਲ ਇਸ ਤੋਂ ਇਲਾਵਾ ਨੈਸ਼ਨਲ ਫਲਾਵਰ ਅਸੀਂ ਨੋਟ ਨੋਟ ਕਰ ਸਕਦੇ ਹਾਂ ਇਹ ਹੈਗਾ ਸਾਡਾ ਲੋਟਸ ਹੈਗਾ ਜੀ ਨੈਸ਼ਨਲ ਫਲਾਵਰ ਜਿਹੜਾ ਹੈਗਾ ਉਹ ਲੋਟਸ ਆਏਗਾ ਇਸ ਤੋਂ ਇਲਾਵਾ ਨੈਸ਼ਨਲ ਐਕੁਆਟਿਕ ਐਨੀਮਲ ਐਕੁਆਟਿਕ ਦਾ ਮਤਲਬ ਜਿਹੜੇ ਪਾਣੀ ਦੇ ਵਿੱਚ ਰਹਿੰਦੇ ਨੇ ਉਹ ਹੈਗੀ ਹੈ ਜੀ ਡੋਲਫਿਨ ਠੀਕ ਹੈ ਜੋ ਵੇਲ ਹੁੰਦੀ ਹੈ ਇੱਕ ਤਰ੍ਹਾਂ ਨਾਲ ਸਭ ਤੋਂ ਵੱਡੀ ਜਿਹਨੂੰ ਮੱਛੀ ਅਸੀਂ ਨਾਰਮਲੀ ਆਮ ਸ਼ਬਦਾਂ ਦੇ ਵਿੱਚ ਬੋਲ ਦਿੰਦੇ ਹਾਂ ਸੋ ਡੋਲਫਿਨ ਨੂੰ ਡੋਲਫਿਨ ਹੀ ਲਿਖਾਂਗੇ ਪੰਜਾਬੀ ਦੇ ਵਿੱਚ ਸੋ ਇਹਦਾ ਵਿੱਚ ਕੁਝ ਅਲੱਗ ਨਹੀਂ ਹੈਗਾ ਸੋ ਡੋਲਫਿਨ ਇੱਕ ਤਰ੍ਹਾਂ ਦਾ ਮੈਮਲ ਠੀਕ ਹੈ ਦੁੱਧਾਰੂ ਜਿਹੜੇ ਐਨੀਮਲਸ ਹੁੰਦੇ ਨੇ ਉਹ ਉਹਦੇ ਵਿੱਚ ਆਪਾਂ ਇਹਨੂੰ ਕੈਟੇਗਰੀਜ਼ ਕਰਦੇ ਆਂ ਫਿਰ ਇਹਨਾਂ ਜਾਣ ਦੀ ਆਪਾਂ ਨੂੰ ਅੱਗੇ ਲੋੜ ਨਹੀਂ ਹੈਗੀ ਸੋ ਨੈਸ਼ਨਲ ਐਨੀਮਲ ਕਿਹੜਾ ਨੈਸ਼ਨਲ ਬਰਡ ਕਿਹੜਾ ਆਪਣਾ ਨੈਸ਼ਨਲ ਟਰੀ ਕਿਹੜਾ ਆਪਣਾ ਬੋਰ ਨੂੰ ਕੇਵਰ ਬਰਗਦ ਲਿਖਿਆ ਆਉਂਦਾ ਇਸ ਤੋਂ ਇਲਾਵਾ ਨੈਸ਼ਨਲ ਫਲਾਵਰ ਲੋਟਸ ਹੈ ਜੀ ਕਮਲ ਹੈ ਨੈਸ਼ਨਲ ਐਕੁਆਟਿਕ ਐਨੀਮਲ ਜਿਹੜਾ ਹੈਗਾ ਡਾਲਫਿਨ ਹੈ ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਇਹਨਾਂ ਨੂੰ ਨੋਟ ਕਰਕੇ ਰੱਖ ਲਓ ਕੋਈ ਪਤਾ ਨਹੀਂ ਪੇਪਰ ਦੇ ਵਿੱਚ ਡਾਇਰੈਕਟ ਹੀ ਕੁਐਸਚਨ ਆਪਾਂ ਨੂੰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈਗਾ ਇਸ ਤਰੀਕੇ ਨਾਲ ਪੁੱਛ ਲੈ ਕੇ ਨੈਸ਼ਨਲ ਫ ਕਿ ਕਿ ਸਾਰੀਆਂ ਚੀਜ਼ਾਂ ਆਪਣੀਆਂ ਪਲਾਂਟਸ ਜਾਂ ਐਨੀਮਲਸ ਦੇ ਨਾਲ ਹੀ ਰਿਲੇਟ ਕਰਦੀਆਂ ਨੇ ਸੋ ਕਈ ਵਾਰ ਤਾਂ ਦਿਨ ਵੀ ਪੁੱਛੇ ਜਾਂਦੇ ਨੇ ਕਿ ਵਰਡ এনवायरमेंट ਡੇ ਕਦੋਂ ਮਨਾਇਆ ਜਾਂਦਾ ਹੈ ਆਪਾਂ ਅੱਗੇ ਕੁਐਸਚਨਾਂ ਦੇ ਵਿੱਚ ਦੇਖਾਂਗੇ ਸੋ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਸਾਨੂੰ ਕਿਤੇ ਸਾਈਡ ਤੇ ਲਿਖ ਕੇ ਨੋਟ ਕਰਕੇ ਰੱਖਣਾ ਪੈਂਦਾਗਾ ਅਤੇ ਕਈ ਵਾਰ ਡਾਇਰੈਕਟ ਹੀ ਆਪਾਂ ਨੂੰ ਪੇਪਰ ਦੇ ਵਿੱਚ ਇਹਨਾਂ ਦੇ ਵਿੱਚੋਂ ਕੁਐਸਚਨ ਦੇਖਣ ਨੂੰ ਮਿਲ ਸਕਦਾ ਹੈ ਤੇ ਪਿਛਲੇ ਸਮੇਂ ਦੇ ਵਿੱਚ ਮਿਲੇ ਵੀ ਹੋਏ ਆ ਹਾਂਜੀ ਅੱਗੇ ਆਪਾਂ ਕੁਝ ਕੁਐਸਚਨ ਦੇਖ ਲੈਨੇ ਆ ਪ੍ਰੀਵਿਅਸ ਇਅਰ ਐਗਜ਼ਾਮ ਦੇ ਜਾਂ ਕਹੇ ਲੋ ਮੋਸਟ ਐਕਸਪੈਕਟਿਡ ਕੁਐਸਚਨ ਜਿਹੜੇ ਹੈਗੇ ਨੇ ਸੋ ਫਰਸਟ ਕੁਐਸਚਨ ਹੈ ਵਾਟ డు ਬਲੈਕ ਬੱਗ ਦੇਖੋ ਉਹੀ ਕਾਲਾ ਹਿਰਨ ਦੀ ਐਗਜ਼ਾਮਪਲ ਆ ਗਈ এলিਫੈਂਟ ਆ ਗਿਆ ਪਾਈਥਨ ਆ ਗਿਆ 골ਡਨ ਕੈਟ ਆ ਗਈ ਟੁਗੇਦਰ ਰਿਪਰੈਜ਼ੈਂਟ ਇਨ ਅ ਫੋਰੈਸਟ ਧਿਆਨ ਨਾਲ ਅ ਬੜਾ ਇੱਕ ਵਧੀਆ ਇਥੋਂ ਵੀ ਤੁਹਾਨੂੰ ਇੱਕ ਅੱਧੀ ਚੀਜ਼ ਸਿੱਖਣ ਨੂੰ ਮਿਲੂਗੀ ਜਿਹੜੀ ਕਿ ਆਪਾਂ ਪਹਿਲਾਂ ਗੱਲ ਨਹੀਂ ਕੀਤੀ ਜਿੰਨਾਂ ਦੀ ਪਹਿਲਾਂ ਤਾਂ ਦੇਖੋ ਵੀਡੀਓ ਨੂੰ ਪਾਜ਼ ਕਰਕੇ ਖੁਦ ਟਰਾਈ ਕਰਿਆ ਕਰੋ ਕਿ ਇਹਨਾਂ ਨੂੰ ਅਸੀਂ ਕੀ ਬੋਲਦੇ ਹਾਂ ਇੱਕ ਤਾਂ ਦੇਖੋ ਕਾਲਾ ਹਿਰਨ ਆ ਗਿਆ ਜੀ ਇੱਕ ਹਾਥੀ ਆ ਗਿਆ ਅਜਗਰ ਆ ਗਿਆ ਪਾਈਥਨ ਜੀ ਨੂੰ ਬੋਲਦੇ ਆਂ 골ਡਨ ਬਿੱਲੀ ਆ ਗਈ ਕੈਟ ਆ ਗਈ ਕਹਿੰਦਾ ਮਤਲਬ ਸੋ ਸਾਰੇ ਜਾਨਵਰ ਨੇ ਠੀਕ ਹੈ ਇਹ ਸਾਰੇ ਜਿਹੜੇ ਹੈਗੇ ਨੇ ਐਨੀਮਲ ਨੇ ਕਿਉਂਕਿ ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਮੈਂ ਤੁਹਾਨੂੰ ਪਹਿਲਾਂ ਬੋਲਿਆ ਸੀ ਇੱਕ ਹੋ ਗਿਆ ਜੀ ਪਲਾਂਟਸ ਹੋਗੇ ਇੱਕ ਹੋਗੇ ਐਨੀਮਲ ਹੋਗੇ ਠੀਕ ਹੈ ਇਹ ਦੋ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਹੁੰਦੀਆਂ ਨੇ ਸੋ ਪਲਾਂਟਸ ਦਾ ਇੱਕ ਦੂਸਰਾ ਨਾਮ ਵੀ ਹੈ ਪਲਾਂਟਸ ਨੂੰ ਅਸੀਂ ਫਲੋਰਾ ਵੀ ਬੋਲ ਦਿੰਦੇ ਹਾਂ ਠੀਕ ਹੈ ਪਲਾਂਟਸ ਨੂੰ ਅਸੀਂ ਫਲੋਰਾ ਵੀ ਬੋਲ ਦਿੰਦੇ ਹਾਂ ਜਿੱਥੇ ਸ਼ਬਦ ਆ ਗਿਆ ਫਲੋਰਾ ਇਹਦਾ ਮਤਲਬ ਪਲਾਂਟਸ ਹੀ ਗੱਲ ਹੋ ਰਹੀ ਹੈ ਐਨੀਮਲਸ ਨੂੰ ਅਸੀਂ ਫੌਨਾ ਵੀ ਬੋਲ ਦਿੰਦੇ ਹਾਂ ਠੀਕ ਹੈ ਐਨੀਮਲਸ ਨੂੰ ਅਸੀਂ ਫੌਨਾ ਵੀ ਬੋਲ ਦਿੰਦੇ ਹਾਂ ਸੋ ਇੰਗਲਿਸ਼ మీడియం ਵਾਲੇ ਇਹਨੂੰ ਨੋਟ ਕਰ ਲਓ ਬੜੀ ਇੰਪੋਰਟੈਂਟ ਗੱਲ ਹੈ ਤੁਹਾਡੇ ਲਈ ਅ ਸੋ ਇਹ ਸਾਰੇ ਦੇ ਸਾਰੇ ਹੁਣ ਐਨੀਮਲਸ ਨੇ ਸੋ ਐਨੀਮਲ ਕਿਤੇ ਲਿਖਿਆ ਤਾਂ ਹੈ ਨਹੀਂ ਆਪਸ਼ਨ ਦੇ ਵਿੱਚ ਬਟ ਐਨੀਮਲਸ ਦਾ ਮਤਲਬ ਫੌਨਾ ਆ ਗਿਆ ਤਾਂ ਕਰਕੇ ਆਪਣਾ ਕਿਹੜਾ ਆਪਸ਼ਨ ਸਹੀ ਹੋ ਜਾਊਗਾ ਏ ਆਪਸ਼ਨ ਇਜ਼ ਦਾ ਰਾਈਟ ਆਨਸਰ ਅਗਰ ਪੰਜਾਬੀ ਵਾਲੇ ਸਟੂਡੈਂਟ ਨੇ ਤਾਂ ਉਹਨਾਂ ਨੂੰ ਪਤਾ ਲੱਗ ਹੀ ਜਾਊਗਾ ਕਿ ਜੀਵ ਜੰਤੂ ਸਿਮਿਲਰਲੀ ਫਲੋਰਾ ਜਿਹੜਾ ਹੈਗਾ ਉਹਨੂੰ ਪੌਦਿਆਂ ਨੂੰ ਆਪਾਂ ਪੰਜਾਬੀ ਦੇ ਵਿੱਚ ਹੋਰ ਬਨਸਪਤੀ ਵੀ ਬੋਲ ਦਿੰਦੇ ਹਾਂ ਜੀ ਠੀਕ ਹੈ ਬਨਸਪਤੀ ਵੀ ਬੋਲ ਦਿੰਦੇ ਹਾਂ ਉਸ ਤੋਂ ਬਾਅਦ ਇਕੋਸਿਸਟਮ ਦਾ ਨਹੀਂ ਸਕਦੇ ਤਾਂ ਬੜਾ ਵੱਡਾ ਸਿਸਟਮ ਹੈ ਇਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੈਗਾ ਪ੍ਰਜਾਤੀਆਂ ਦੇ ਵਿੱਚ ਵੀ ਬਹੁਤ ਤਰ੍ਹਾਂ ਦੀਆਂ ਪ੍ਰਜਾਤੀਆਂ ਨੇ ਕਿਨੇ ਐਨੀਮਲਸ ਦੀਆਂ ਪ੍ਰਜਾਤੀਆਂ ਨਹੀਂ ਹੈਗੀਆਂ ਪਲਾਂਟਸ ਵੀ ਨੇ ਹੋਰ ਵੀ ਨੇ ਤਾਂ ਇਹਦਾ ਰਾਈਟ ਆਨਸਰ ਕੀ ਆਊਗਾ ਸਾਰੇ ਦੇ ਸਾਰੇ ਐਨੀਮਲ ਨੇ ਸੋ ਐਨੀਮਲ ਨੂੰ ਅਸੀਂ ਲਿਖਾਂਗੇ ਫੌਨਾ ਜਾਂ ਕਹੇ ਲੋ ਪੰਜਾਬੀ ਦੇ ਵਿੱਚ ਇਹਦਾ ਰਾਈਟ ਆਨਸਰ ਕੀ ਆਊਗਾ ਜੀ ਜੀਵ ਜੰਤੂ ਸੋ ਹੋਪਫੁਲੀ ਕਦੀ ਚੀਜ਼ ਤੁਹਾਨੂੰ ਹੋਰ ਵੀ ਇੱਥੇ ਸਿੱਖਣ ਨੂੰ ਮਿਲੀ ਹੈ ਹਾਂਜੀ ਨੈਕਸਟ ਇਸ ਤਰ੍ਹਾਂ ਦੇ ਕੁਐਸਚਨ ਜਿਸ ਤਰ੍ਹਾਂ ਸੈਕੰਡ ਕੁਐਸਚਨ ਹੈ ਅ ਪਿਛਲੇ ਕੁਝ ਸਮੇਂ ਤੋਂ ਖਾਸ ਕਰਕੇ ਪਿਛਲੇ ਸਾਲ ਤੋਂ ਐਗਜ਼ਾਮੀਨਰ ਦੇ ਬਹੁਤ ਜ਼ਿਆਦਾ ਫੇਵਰਿਟ ਕੁਐਸਚਨ ਬਣ ਚੁੱਕੇ ਨੇ ਅਤੇ ਹੋਣੇ ਵੀ ਚਾਹੀਦੇ ਨੇ ਮੇਰੇ ਅਕੋਰਡਿੰਗ ਕਿਉਂਕਿ ਜਦੋਂ ਕੋਈ ਵੀ ਐਗਜ਼ਾਮੀਨਰ ਉਹਨੇ ਪੇਪਰ ਸੈੱਟ ਕਰਨਾਗਾ ਤਾਂ ਹਮੇਸ਼ਾ ਜੋ ਐਗਜ਼ੈਕਟਲੀ ਇਹਨਾਂ ਨੂੰ ਪੇਪਰ ਸੈੱਟ ਕਰੇਗਾ ਉਹਦੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਕਿਵੇਂ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਟੌਪਿਕ ਨੇ ਉਹ ਕਵਰ ਕਰਾ ਕਿਵੇਂ ਉਸ ਦਿੱਤੇ ਹੋਏ ਪੇਪਰ ਦੇ ਵਿੱਚ ਵੱਧ ਤੋਂ ਵੱਧ ਟੌਪਿਕ ਕਵਰ ਕਰਾ ਅਤੇ ਇਹ ਟੌਪਿਕ ਵੀ ਇਦਾਂ ਨਾ ਦੇਖੋ ਆਪਾਂ ਚਾਰ ਟੌਪਿਕ ਪੜ੍ਹੇ ਨੇ ਮੈਂ ਤੇ ਇਹ ਕੁਐਸਚਨ ਦੇ ਵਿੱਚ ਇਸ एमसीक्यू ਦੇ ਵਿੱਚ ਚਾਰਾਂ ਦੀ ਜ਼ਿਕਰ ਆ ਗਿਆ ਦੇਖੋ ਰੈੱਡ ਡਾਟਾ ਬੁੱਕ ਦਾ ਵੀ ਜ਼ਿਕਰ ਐਂਡੈਮਿਕ ਸਪੀਸੀਜ਼ ਦਾ ਵੀ ਹੈ ਐਕਸਟਿੰਕਟ ਸਪੀਸੀਜ਼ ਦਾ ਵੀ ਹੈ ਇਨ ਡੇਂਜਰਡ ਦਾ ਵੀ ਹੈ ਮਤਲਬ ਆਪਾਂ ਜੋ ਸਾਰਾ ਕੁਝ ਪੜਿਆ ਦੇਖੋ ਇਕੋ एमसीक्यू ਦੇ ਵਿੱਚ ਆ ਗਿਆ ਥੈਟਸ ਵਾਈ ਜੋ ਵੀ ਕੈਂਡੀਡੇਟ ਹੈ ਉਹਨਾਂ ਦੀ ਪੂਰੀ ਨੌਲੇਜ ਨੂੰ ਪਰਖਣ ਦੇ ਲਈ ਇਦਾਂ ਦੇ ਕੁਐਸਚਨ ਆਪਾਂ ਨੂੰ ਅਪਕਮਿੰਗ ਐਗਜ਼ਾਮ ਦੇ ਵਿੱਚ ਵੀ ਦੇਖਣ ਨੂੰ ਮਿਲਣਗੇ ਬੜਾ ਇੰਪੋਰਟੈਂਟ ਕੁਐਸਚਨ ਹੈ ਕਹਿੰਦਾ ਰੈੱਡ ਡਾਟਾ ਬੁੱਕ ਇਸ ਦਾ ਰਿਕਾਰਡ ਆਫ 올 ਦਾ ਰੈੱਡ ਡਾਟਾ ਬੁੱਕ ਅ ਜਿਹੜੀ ਹੈਗੀ ਪੰਜਾਬੀ 'ਚ ਇਹਨੂੰ ਲਾਲ ਅੰਕੜਾ ਕਿਤਾਬ ਨਹੀਂ ਲਿਖਿਆ ਹਾਲਾਂਕਿ ਰੈੱਡ ਡਾਟਾ ਬੁੱਕ ਹੀ ਲਿਖਿਆ ਹੋਇਆ ਹੈਗਾ ਕਹਿੰਦੇ ਉਹ ਕਾਦਰ ਰਿਕਾਰਡ ਰੱਖਦੀ ਹੈ ਠੀਕ ਹੈ ਜੀ ਉਹ ਕਾਦਰ ਰਿਕਾਰਡ ਰੱਖਦੀ ਹੈ ਮੈਂ ਤੁਹਾਨੂੰ ਹੁਣੇ ਹੀ ਦੱਸਿਆ ਸੀ ਰੈੱਡ ਡਾਟਾ ਬੁੱਕ ਸਾਡੀ ਇਨਡੇਂਜਰਡ ਸਪੀਸੀਜ਼ ਨਾਲ ਰਿਲੇਟਡ ਹੈ ਇਨਡੇਂਜਰਡ ਸਪੀਸੀਜ਼ ਨਾਲ ਰਿਲੇਟਡ ਹੈ ਹੁਣ ਉਹ ਸਪੀਸੀਜ਼ ਪਲਾਂਟਸ ਵੀ ਹੋ ਸਕਦੀਆਂ ਮੈਂ ਦੱਸਿਆ ਸੀ ਤੁਹਾਨੂੰ ਉਹ ਸਪੀਸੀਜ਼ ਐਨੀਮਲਸ ਦੀਆਂ ਵੀ ਹੋ ਸਕਦੀਆਂ ਨੇ ਸੋ ਰੈੱਡ ਡਾਟਾ ਬੁੱਕ ਕੀਪ ਦਾ ਰਿਕਾਰਡ ਆਫ 올 ਇਨਡੇਂਜਰਡ ਪਲਾਂਟਸ ਐਂਡ ਐਨੀਮਲਸ ਸੋ ਐਂਡੇਮਿਕ ਤਾਂ ਨਹੀਂ ਆਊਗਾ ਐਂਡੇਮਿਕ ਤਾਂ ਖਾਸ ਸਥਾਨਕ ਪ੍ਰਜਾਤੀਆਂ ਹੁੰਦੀਆਂ ਨੇ ਐਕਸਟੈਂਡ ਜਿਹੜੀਆਂ ਲੋਪ ਹੀ ਹੋ ਗਈਆਂ ਉਹ ਹੁੰਦੀਆਂ ਨੇ ਸੋ ਪਹਿਲੇ ਦੋ ਤਾਂ ਨਹੀਂ ਹੁੰਦੇ ਤੀਜਾ ਵੀ ਆਊਗਾ ਤੇ ਚੌਥਾ ਵੀ ਆਊਗਾ ਕਿਉਂਕਿ ਇੱਕ ਦੇ ਵਿੱਚ ਪਲਾਂਟ ਦੀ ਗੱਲ ਹੋਈ ਹੈ ਦੂਜੇ ਦੇ ਵਿੱਚ ਐਨੀਮਲ ਦੀ ਗੱਲ ਹੋਈ ਹੈ ਤਾਂ ਕਰਕੇ ਦੇਖੋ ਆਪਸ਼ਨ ਦੇ ਵਿੱਚ ਲੱਭੋ ਕਿ ਕਿਹਦੇ ਤੀਜਾ ਤੇ ਚੌਥਾ ਕਿਹਦੇ ਵਿੱਚ ਨੇ ਸੋ ਪਹਿਲੀ ਦੇ ਵਿੱਚ ਤਾਂ ਨਹੀਂ ਹੈਗੇ ਦੂਜੀ 'ਚ ਵੀ ਨਹੀਂ ਹੈਗੇ ਡੀ ਦੇ ਵਿੱਚ ਵੀ ਨਹੀਂ ਹੈਗੇ ਸੋ ਆ ਸੀ ਸੀ ਦੇ ਵਿੱਚ ਲਿਖਿਆ ਹੋਇਆਗਾ 3rd ਐਂਡ 4 ਤਾਂ ਕਰਕੇ ਆਪਣਾ ਰਾਈਟ ਆਨਸਰ ਕੀ ਬਣੂਗਾ ਜੀ 3rd ਐਂਡ 4 ਸੋ ਇਦਾਂ ਦੇ ਕੁਐਸਚਨ ਦੀ ਪ੍ਰੈਕਟਿਸ ਕਰੋ ਬਹੁਤ ਇੰਪੋਰਟੈਂਟ ਨੇ ਤੁਹਾਡੇ ਹੋਣ ਵਾਲੇ ਪੇਪਰ ਦੇ ਲਈ ਸੋ ਦੋ ਕੁਐਸਚਨ ਤੋਂ ਬਾਅਦ ਹੁਣ ਆਪਾਂ ਅਗਲੇ ਕੁਐਸਚਨ ਤੇ ਜਾਂਦੇ ਹਾਂ ਹਾਂਜੀ ਕੁਐਸਚਨ ਨੰਬਰ 3 ਇਹ ਵੀ ਬੜੇ ਇੰਪੋਰਟੈਂਟ ਕੁਐਸਚਨ ਨੇ ਇਦਾਂ ਦੇ ਹਾਲਾਂਕਿ ਥੋੜੇ ਯਾਦ ਕਰਨ ਵਾਲੇ ਹੁੰਦੇ ਨੇ ਇਹ ਮੈਮਰੀ ਵਾਲੇ ਹੁੰਦੇ ਨੇ ਸੋ ਇੰਟਰਨੈਸ਼ਨਲ ਬਾਇਓਡਾਈਵਰਸਿਟੀ ਡੇ ਕਦੋਂ ਮਨਾਇਆ ਜਾਂਦਾ ਜੀ ਅੰਤਰਰਾਸ਼ਟਰੀ ਜੈਵ ਵਿਭਿੰਨਤਾ ਦਿਵਸ ਕਦੋਂ ਮਨਾਇਆ ਜਾਂਦਾ ਆਪਾਂ ਨੂੰ ਪਤਾ ਹੈ ਕਿ ਕਾਫੀ ਬਾਇਓ ਡਾਈਵਰਸਿਟੀ ਹੈ ਆਪਣੇ ਹੈਨਾ ਜੈਵਿਕ ਭੁਪਿੰਨਤਾ ਬਹੁਤ ਹੈ ਬਹੁਤ ਤਰ੍ਹਾਂ ਦੀ ਸਪੀਸੀਜ਼ ਨੇ ਪਲਾਂਟਸ ਈ ਐਨੀਮਲਸ ਈਆਂ ਸੋ ਇਹ ਵਾਲਾ ਦਿਵਸ ਭੁਪਿੰਨਤਾ ਦਿਵਸ ਜਿਹੜਾ ਹੈਗਾ ਜੈਵ ਭੁਪਿੰਨਤਾ ਦਿਵਸ ਕਦੋਂ ਮਨਾਇਆ ਜਾਂਦਾ ਹੈਗਾ ਸੋ ਪਹਿਲੀ ਆਪਸ਼ਨ ਹੈ 22 ਫੈਬ ਫਿਰ 22 ਅਪ੍ਰੈਲ ਫਿਰ 22 ਮਾਰਚ ਫਿਰ 22 ਮਈ ਸੋ ਇਹ ਕੁਐਸਚਨ ਦਾ ਤੁਹਾਨੂੰ ਦੇਖੋ ਯਾਦ ਹੀ ਕਰਨੇ ਪੈਣਗੇ ਹੈਨਾ ਇੱਥੇ ਕੋਈ ਲੌਜੀਕਲੀ ਵੀ ਆਪਾਂ ਨਹੀਂ ਸਮਝ ਸਕਦੇ ਤਾਂ ਇਹਦੀ ਜੋ ਡੇਟ ਹੁੰਦੀ ਹੈ ਜੀ ਪਹਿਲਾਂ ਤਾਂ ਖੁਰ ਟਰਾਈ ਕਰੋ ਵੀ ਕਿਹੜੀ ਆਉਗੀ ਸੋ ਇਹਦੀ ਡੇਟ ਹੋਊਗੀ 22 ਮਈ ਸੋ ਹਰ ਸਾਲ 22 ਮ जैविक ਵਿਭਿੰਨਤਾ ਦਿਵਸ ਮਨਾਇਆ ਜਾਂਦਾ ਹੈ ਸੋ ਇਥੇ ਇੱਕ ਕੁਐਸਚਨ ਮੇਰੇ ਇੱਕ ਹੋਰ ਯਾਦ ਆ ਗਿਆ ਮੈਂ ਤੁਹਾਨੂੰ ਸ਼ਾਇਦ ਕਿਹਾ ਸੀਗਾ ਕਿ ਵਰਲਡ এনवायरमेंट ਡੇ ਕਿਉਂਕਿ ਦੇਖੋ এনवायरमेंट ਹੈ ईवीएस ਦਾ ਆਪਣਾ ਵਿਸ਼ਾ ਹੈਗਾ ਠੀਕ ਹੈ ਜੀ ਆਪਾਂ ਪੇਪਰ ਦੇ ਰਹੇ ਹਾਂ ईवीएस ਦਾ এনवायरमेंट ਦਾ ਸੋ ਵਰਲਡ এনवायरमेंट ਡੇ ਕਦੋਂ ਮਨਾਇਆ ਜਾਂਦਾ ਹੈ ਵਿਸ਼ਵ ਵਾਤਾਵਰਣ ਦਿਵਸ ਕਦੋਂ ਮਨਾਇਆ ਜਾਂਦਾ ਹੈ ਤਾਂ ਉਹਦੀ ਡੇਟ ਹੁੰਦੀ ਹੈ ਜੀ 5 ਜੂਨ ਜਦੋਂ ਜੂਨ ਦੀਆਂ ਛੁੱਟੀਆਂ ਹੁੰਦੀਆਂ ਨੇ 5 ਜੂਨ ਨੂੰ ਹੁੰਦੀ ਹੈ ਸੋ ਇਹਦਾ ਤੁਸੀਂ ਯਾਦ ਹੀ ਰੱਖਣਾ ਹੈ ਤਾਂ ਬੜਾ ਇੰਪੋਰਟੈਂਟ ਹੈ ਤੋ ਇਹ ਕ एमसीक्यू ਦੇ ਨਾਲ ਆਪਾਂ ਦੋ एमसीक्यू ਕਵਰ ਕਰ ਲਏ ਜੋ ਵੀ ਆਪਣੇ ਪਲਾਂਟਸ ਐਨੀਮਲਸ ਜਾਂ ਕਹੇ ਲੋ এনवायरमेंट ਦੇ ਨਾਲ ਰਿਲੇਟਡ ਸੀਗੇ ਹਾਂਜੀ एमसीक्यू ਨੰਬਰ 4 100% ਆਫ ðiਸ ਸਪੀਸੀਜ਼ ਆਫ ਐਨੀਮਲਸ ਇਜ਼ ਫਾਊਂਡ ਇਨ ਇੰਡੀਆ ਕਹਿੰਦੇ 100% ਜਿਹੜੀ ਇਹ ਜਾਨਵਰਾਂ ਦੀ ਪ੍ਰਜਾਤੀ ਹੈ ਉਹ ਸਿਰਫ ਭਾਰਤ ਵਿੱਚ ਹੀ ਮਿਲਦੀ ਹੈ ਕਿਹੜੀ ਹੈ ਇਹਨਾਂ ਦੇ ਵਿੱਚੋਂ ਹਨਾ ਸਭ ਤੋਂ ਪਹਿਲਾਂ এলিਫੈਂਟ ਦੇਖੋ ਮਤਲਬ ਉਹ ਸਿਰਫ ਇੰਡੀਆ ਦੇ ਵਿੱਚ ਹੀ ਮਿਲਣਗੇ ਹੋਰ ਕਿਤੇ ਨਹੀਂ ਮਿਲਦੇ ਹੈਗੇ ਹਨਾ ਤਾਂ এলিਫੈਂਟ ਗਲਤ ਹੈ ਜੀ এলিਫੈਂਟ ਤਾਂ ਸਾਰੇ ਕਿਤੇ ਮਿਲਣਗੇ ਟਾਈਗਰ ਵੈਸੀ ਇਨਡੇਂਜਰਡ ਆ ਗਏ ਵੀ ਸਾਰੇ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਜੰਗਲੀ ਮੱਝਾਂ ਵੀ ਨਹੀਂ ਆਉਂ ਉਹਦਾ ਸਹੀ ਆਨਸਰ ਦੇਖੋ ਧਿਆਨ ਨਾਲ ਇੱਥੇ ਆਊਗਾ ਜੀ ਏਸ਼ੀਅਨ ਲਾਇਨ ਏਸ਼ੀਆਈ ਸ਼ੇਰ ਜਿਹੜੇ ਹੈਗੇ ਨੇ ਉਹ 100% ਜਿਹੜੇ ਹੈਗੇ ਨੇ ਉਹ 100% ਜਿਹੜੇ ਹੈਗੇ ਨੇ ਉਹ ਆਪਾਂ ਨੂੰ ਭਾਰਤ ਦੇ ਵਿੱਚ ਹੀ ਦੇਖਣ ਨੂੰ ਮਿਲਣਗੇ ਅ ਸੋ ਪੁਆਇੰਟ ਨੂੰ ਇਹਨੂੰ ਨੋਟ ਕਰ ਲਓ ਬੜਾ ਇੰਪੋਰਟੈਂਟ ਪੁਆਇੰਟ ਹੈ ਵੀ ਹਾਂਜੀ ਇੱਕ ਕਲਾਸ ਕੁਐਸਚਨ ਦੇਖ ਲੈਣੇ ਆ ਦਾ 5th ਵਨ ਦਾ ਸਪੀਸੀਜ਼ ਹੈਜ਼ ਬੀਕਮ ਐਕਸਟਿੰਕਟ ਫਰਮ ਇੰਡੀਆ ਕਿਹੜੀ ਪ੍ਰਜਾਤੀ ਭਾਰਤ ਦੇ ਵਿੱਚੋਂ ਲੋਪ ਹੋ ਚੁੱਕੀ ਹੈ ਸੋ ਇੱਕ ਪਹਿਲਾਂ ਆਪਾਂ ਕੁਐਸਚਨ ਦੇਖਿਆ ਸੀ ਸ਼ਾਇਦ ਤੁਹਾਨੂੰ ਪਤਾ ਹੋਵੇ ਉਹਦੇ ਵਿੱਚ ਇਹ ਕਿਹਾ ਸੀ ਕਿ 100% ਭਾਰਤ 'ਚ ਹੀ ਮਿਲਦੀ ਹੈ ਇਹ ਕੁਐਸਚਨ ਉਸ ਤੋਂ ਉਲਟ ਹੈ ਕਿ ਕਿਹੜੀ ਪ੍ਰਜਾਤੀ ਪੂਰੀ ਤਰ੍ਹਾਂ ਲੋਪ ਹੋ ਚੁੱਕੀ ਹੈ ਭਾਰਤ ਦੇ ਵਿੱਚੋਂ ਸੋ ਆਪਾਂ ਦੇਖਦੇ ਹਾਂ ਲਾਸਟ ਵਾਲੇ ਪੁਆਇੰਟ ਤੋਂ ਪਹਿਲਾਂ ਦੇਖੋ ਜੰਗਲੀ ਗਧਾ ਲਿਖਿਆ ਹੋਇਆ ਵੀ ਨਹੀਂ ਆਊਗਾ ਜੀ ਜੰਗਲੀ ਕੁੱਤਾ ਵੀ ਨਹੀਂ ਆਊਗਾ ਇਹ ਸਾਰੇ ਹੈਗੇ ਨੇ ਬੰਗਾਲ ਟਾਈਗਰ ਵੀ ਨਹੀਂ ਆਊਗਾ ਸੋ ਇਹਦਾ ਰਾਈਟ ਆਨਸਰ ਆਊਗਾ ਜੀ ਚੀਤਾ ਠੀਕ ਹੈ ਚੀਤਾ ਹੁਣ ਹੈ ਬਟੇ ਇਕਤਰਨਲ ਭਾਰਤ ਜੋ ਜਿਹੜਾ ਹੈਗਾ ਉਹ ਪੂਰਾ ਖਤਮ ਹੋ ਚੁੱਕਿਆ ਕਿਉਂਕਿ ਇੰਡੀਆ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਕਰਕੇ ਛੋਟੇ ਛੋਟੇ ਕੁਐਸਚਨ ਨੇ ਦੇਖੋ ਅਗਰ ਇੱਕ ਵਾਰ ਤਾਂ ਤੁਸੀਂ ਦੇਖ ਲੈ ਕੇ ਇਹਦਾ ਆਨਸਰ ਏ ਆਊਗਾ ਪਹਿਲਾ ਆਪਸ਼ਨ ਆਊਗਾ ਅਗਰ ਤੁਸੀਂ ਇੱਕ ਵਾਰ ਨਾ ਦੇਖਦੇ ਫਾਰ ਇਗਜ਼ਾਮਪਲ ਉਹ ਜੈਵਿਕ ਵਿਪਿੰਤਾ ਦੀਪਸ ਕਦੋਂ ਮਨਾਇਆ ਜਾਂਦਾ ਹੈ ਹਨਾ ਇੱਕ ਵਾਰ ਨਾ ਦੇਖਦੇ ਫਿਰ ਔਖਾ ਹੋ ਜਾਂਦਾ ਸੋ ਇੱਕ ਵਾਰ ਗੋ ਥਰੂ ਹੋਣਾ ਸਭ ਦੇ ਬੜਾ ਇੰਪੋਰਟੈਂਟ ਹੈ ਸਾਡੇ ਲਈ ਸਿਮਿਲਰਲੀ ਇੱਕ ਮੇਬੀ ਕੁਐਸਚਨ ਮੈਨੂੰ ਯਾਦ ਆ ਰਿਹਾ ਕਿ ਗੁਜਰਾਤ ਕਿਉਂਕਿ ਸਾਰੇ ਕੁਐਸਚਨ ਆਪਾਂ ਇਸ ਕਲਾਸ ਦੇ ਵਿੱਚ ਪੰਜ ਕੁਐਸਚਨ ਹੋਗੇ ਕ ਕਵੈਸਚਨ ਆਪਾਂ ਲਗਤੋਂ ਵੀ ਲਾਵਾਂਗੇ ਬਾਅਦ ਦੇ ਵਿੱਚ ਤੇ ਗੁਜਰਾਤ ਦਾ ਜਿਹੜਾ ਖੇਤਰੀ ਜਾਨਵਰ ਕਿਹੜਾ ਜੀ ਕੁਐਸਚਨ ਇਹ ਵੀ ਆ ਜਾਂਦਾ ਹੈ ਕਈ ਵਾਰ ਹਨਾ ਕਿਉਂਕਿ ਇੱਥੇ ਜੰਗਲੀ ਸ਼ਬਦ ਤੋਂ ਮੈਨੂੰ ਯਾਦ ਆ ਗਿਆ ਗੁਜਰਾਤ ਦਾ ਜਿਹੜਾ ਖੇਤਰੀ ਪਸ਼ੂ ਕਹ ਲਓ ਖੇਤਰੀ ਜਾਨਵਰ ਕਿਹੜਾ ਹੈਗਾ ਜਿਹੜਾ ਉੱਥੇ ਮਿਲਦਾ ਹੈਗਾ ਠੀਕ ਹੈ ਨਾਰਮਲੀ ਤਾਂ ਉੱਥੇ ਆਨਸਰ ਆਉਂਦਾ ਜੀ ਜੰਗਲੀ ਖੋਤਾ ਠੀਕ ਹੈ ਜੰਗਲੀ ਖੋਤਾ ਸੋ ਇਹ ਛੋਟਾ ਜਿਹਾ ਪੁਆਇੰਟ ਹੈ ਇਹਨੂੰ ਵੀ ਤੁਸੀਂ ਯਾਦ ਕਰ ਲਿਓ ਸੋ ਨਾਲ ਦੀ ਨਾਲ ਆਪਾਂ ਹਰ ਇੱਕ ਐਮਸੀਕਿਊ ਦੇ ਨਾਲ ਇੱਕ ਇੱਕ ਕੋਈ ਅਲੱਗ ਤੋਂ ਇੰਪੋਰਟੈਂਟ ਵੀ ਕਵਰ ਕੀਤਾ ਗਿਆ ਸੋ ਇਹ ਸੀ ਆਪਣੀ ਅੱਜ ਦੀ ਕਲਾਸ ਬਹੁਤ ਜਲਦੀ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ ਮਿਲਾਂਗੇ ਕਿਉਂਕਿ ਪੇਪਰ ਦਾ ਸਮਾਂ ਨਜ਼ਦੀਕ ਆ ਚੁੱਕੇ ਹਨ ਸੋ ਅਗਰ ਕਲਾਸ ਵਧੀਆ ਲੱਗੀ ਤਾਂ ਇੱਕ ਲਾਸਟ ਹੀ ਤੁਹਾਨੂੰ ਸਭ ਨੂੰ ਰਿਕਵੈਸਟ ਹੈ ਇਹਨਾਂ ਵੀਡੀਓਜ਼ ਨੂੰ ਪਲੀਜ਼ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਕਿਉਂਕਿ ਜਿੰਨੀ ਜ਼ਿਆਦਾ ਗੈਦਰਿੰਗ ਹੋਏਗੀ ਉਹਨਾਂ ਫਾਸਟ ਜਿਹੜੀਆਂ ਹੈਗੀਆਂ ਤੁਹਾਡੇ ਲਈ ਵੀਡੀਓ ਅਪਲੋਡ ਹੋਣਗੀਆਂ ਇਸ ਚੈਨਲ ਦੇ ਉੱਪਰ ਐਂਡ ਵੀਡੀਓ ਵਧੀਆ ਲੱਗੀ ਅਗਰ ਵਧੀਆ ਲੱਗੀ ਤਾਂ ਇਹਨੂੰ ਲਾਈਕ ਥਰੂ ਕਰ ਦਿਓ ਐਂਡ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਹਿਲੀ ਵਾਰ ਦੇਖ ਰਹੇ ਹੋ ਜਾਂ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਨੂੰ ਜ਼ਰੂਰ ਕਰ ਦਿਓ ਕਿਉਂਕਿ ਫ੍ਰੀ ਆਫ ਕਾਸਟ ਜਿਹੜੀ ਹੈਗੀ ਉਹ এডੂਕੇਸ਼ਨ ਪ੍ਰੋਵਾਈਡ ਕੀਤੀ ਜਾ ਰਹੀ ਹੈ ਇਸ ਚੈਨਲ ਦੇ ਉੱਪਰ ਸੋ ਦੈਟਸ 올 ਫॉर ਟੂਡੇ ਸੋ ਥੈਂਕ ਯੂ ਜੀ ਥੈਂਕ ਯੂ so much for watching